कचहरियां च मेले लगदे। यार इस फिल्म च मैनू कोई छोटा मोटा रोल मिल सकदा? जस साहब केहो जी गल करदे हो, इहने मेरी सारी दी सारी फिल्म डोब के रखती, ये तुसी ध्यान रखियो तुहानू भी रोल के रख दूंगा। ये यार सच्ची दस, ये कुड़ी फिल्म च काम कर रही है? जज साहब इहदे लई तुहानू पूरी कहानी सुननी पवेगी। जज साहब तुसी इहदी पूरी कहानी सुनियो ते पूरे ध्यान नाल सुनियो। जे सारी भी फिल्म दे विच्चों तुहानू कोई ग्लैमर जां सीन लभ गया ना तां मैनू जरूर दस दे। ओ जज साहब तुसी बस फील लेना है कि जो मैं तुहानू सुना रहा ओ तुहाडी अखां दे सामने हो रहा है। ओ तू स्टोरी सुना, फील तां मैं बहुत वड्डी लैके बैठा है। लो जी कोई दिलों कहानी लिखदा है जज साहब सुनो, इस फिल्म दे विच एक हीरो है ते एक हीरोइन। वाह क्या बात है, ये नवी चीज है, हीरो ते हीरोइन। हां जी होर सर, हीरोइन है किथे? मेरी हीरोइन ता मेरे सामने खड़ी है जी। ते मेरी वाली ता मेरे सामने ही बैठी है। सेम पिंच। तुसी फिर अपनियां कहानियां सुना लो, मैं निकलना। यार दसो तुसी वकील हो की हो? अगला बंदा कलाकार अपनी कहानी सुनांदा, तुसी अपनी कहानी विच पा के बह गए हैं। हाँ जी चलो जी दिल खोल के जी चलो सुनाओ कहानी। वाह जस साहब, एक डायरेक्टर नु जिवें फिल्म दे विच हीरोइन जरूरी हुंदी है, ओदा चाह भी जरूरी हुंदी है। हाँ जी दिल खोल के जी, दिल खोल के कहानी सुनाओ, नाले चाह पिलाओ जी। चाह वाले बाबा वकील नु बुलाया जावे ते तुसी अपनी स्टोरी शुरू करो। जज साहब इस फिल्म दे विच एक हीरो है ते एक हीरोइन, ते हीरो हीरोइन नु मिलन ओदे घर जांदा है ते हीरोइन उत्थे नहा रही है। क्या बात है, जे नहाते बिना कुड़ी इन्नी सोहनी है ते जे नालवे ते की होगा? ए तुसी स्टोरी 6 बजे क्यों नहीं शुरू कर दंदे जी? जज साहब बजट वध जाना है। जज साहब इन्हां ने एदे ही मेरे मुवक्किल नूं कह के 2 करोड़ दा बजट दस्या, फिर ओदे विच चीज़ां ऐड करवा करवा के उहनूं 12 करोड़ तक पहुंचा दित्ता, पर फिर भी उस पिक्चर दे विच कोई ग्लैमरस सीन किते नजर नहीं आया। मैनूं नहीं पता जज साहब, मेरे तां पैसे वापस कराओ। ओ चिंगारी लाल जी की कर रहे हैं, मैनूं अगली कहानी सुन लैन दिओ प्लीज। हां जी हां जी दिल खोल के जी, ਤੁਸੀਂ ਸਵੇਰੇ ਸਵੇਰੇ ਸ਼ੂਟਿੰਗ ਕਿਉਂ ਨਹੀਂ ਰੱਖ ਸਕਦੇ, ਦੱਸ ਸਕਦੇ ਹੋ ਜ਼ਰਾ? ਮੈਡਮ ਜੀ ਸਾਡੇ ਕੈਮਰਾਮੈਨ ਦੀ ਸ਼ਿਫਟ ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ। ਬਿਲਕੁਲ ਜੱਸ ਸਾਹਿਬ, ਮੇਰੇ ਮੋਕਿਲ ਦੇ ਕੈਮਰਾਮੈਨ ਦੀ ਸ਼ਿਫਟ 9 ਵਜੇ ਦੀ ਹੁੰਦੀ ਹੈ, ਤੇ ਤੁਸੀਂ 9 ਨੂੰ ਉਲਟਾ ਕਿਉਂ ਕਰ ਰਹੇ ਹੋ? ਜੇ 9 ਨੂੰ ਉਲਟਾ ਕਰੋਗੇ ਤਾਂ 6 ਵਜੇ ਬੁਲਾਓਗੇ, ਉਹ ਫਿਰ ਸਾਰੇ ਕੰਮ ਉਲਟੇ ਹੀ ਹੋਣਗੇ। ਉਹ ਫਿਰ ਯਾਰ ਤੁਸੀਂ ਸੀਸੀਟੀਵੀ ਕੈਮਰੇ ਤੇ ਸ਼ੂਟ ਕਰ ਲਓ। ਜੱਸ ਸਾਹਿਬ ਮੇਰੇ ਮੋਕਿਲ ਨੇ ਫਿਲਮ ਰਿਲੀਜ਼ ਕਰਨੀ ਹੈ, ਸੋਸ਼ਲ ਮੀਡੀਆ ਤੇ ਲੀਕ ਨਹੀਂ ਕਰਨੀ। ਔਰ ਔਰ ਉਹ ਫਿਰ ਇੱਦਾਂ ਕਰੋ ਯਾਰ, ਤੁਸੀਂ ਨਾ ਦੁਪਹਿਰ ਦੀ ਸ਼ੂਟਿੰਗ ਰੱਖ ਲਓ, ਉਦੋਂ ਕੈਮਰਾਮੈਨ ਵੀ ਅਵੇਲੇਬਲ ਹੋਣਗੇ ਅਤੇ ਹੀਰੋਇਨ ਵੀ ਘਰ ਹੋਊਗੀ। ਕਿਉਂ ਜੀ ਠੀਕ ਹੈ? ਇਹ ਗੱਲ ਜੱਜ ਸਾਹਿਬ ਅੱਜ ਆਪਣੇ ਆਪ ਹੀ ਚਾਹ ਮੰਗਵਾ ਲਈ, ਫੈਸਲਾ ਨਹੀਂ ਕਰ ਪਾ ਰਹੇ। ਓਏ ਮੇਰੀ ਸੱਸ ਦੀ ਵੱਡੀ ਕੁੜੀ ਦੇ ਛੋਟੇ ਭਰਾ, ਉਹ ਮੈਂ ਨਹੀਂ ਚਾਹ ਪੀਣੀ, ਡਾਇਰੈਕਟਰ ਨੂੰ ਬੁਲਾ। ਲੋ ਜਨਾਬ ਗਰਮ ਗਰਮ ਚਾਹ ਪੀਓ। ਥੈਂਕ ਯੂ ਬਾਬਾ ਵਕੀਲ। ਚਲੋ ਸੁਣਾਓ ਜੀ ਹੁਣ ਅੱਗੇ। ਜੱਜ ਸਾਹਿਬ ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਅੱਜ ਮੈਂ ਕੋਰਟ 'ਚ ਹੀ ਰੁਕ ਜਾ। ਉਹ ਕੀ ਗੱਲ ਹੈ ਨਾ, ਮੈਂ ਇਸ ਮੋਟੂ ਦੀ ਨਾ ਦੁੱਖ ਭਰੀ ਕਹਾਣੀ ਸੁਣਨੀ ਹੈ। ਉਹ ਇਹਨੇ ਤਾਂ ਸਾਰਿਆਂ ਨੂੰ ਦੁਖੀ ਕੀਤਾ ਹੈ, ਚੱਲ ਤੂੰ ਵੀ ਬਹਿ ਜਾ, ਪਰ ਇੱਕ ਗੱਲ ਸੁਣ ਲੈ, ਫੈਸਲਾ ਉਹੀ ਹੋਊਗਾ ਜੋ ਮੈਂ ਚਾਹੂੰਗਾ। ਜੱਜ ਸਾਹਿਬ ਅੱਗੇ ਸ਼ੁਰੂ ਕਰੀਏ। ਹਾਂ ਜੀ ਸੁਣਾਓ। ਜੱਜ ਸਾਹਿਬ ਹੀਰੋ ਹੀਰੋਇਨ ਦੇ ਘਰ ਜਾਂਦਾ ਹੈ ਤੇ ਅੱਗੇ ਗਾਣਾ ਚੱਲ ਰਿਹਾ ਹੈ, ਕੁੰਡੀ ਨਾ ਖੜਕਾ ਸੋਹਣਿਆ ਸਿੱਧਾ ਅੰਦਰ ਆ। ਲੱਗਦਾ ਇੱਥੇ ਇੱਥੇ ਹੁਣ ਹੀਰੋਇਨ ਆ ਰਹੀ ਹੈ। ਉਹ ਨਹੀਂ ਜੱਜ ਸਾਹਿਬ, ਗਾਣਾ ਰੇਡੀਓ ਤੇ ਲੱਗਾ ਹੈ ਤੇ ਰੇਡੀਓ ਹੀਰੋਇਨ ਨੇ ਆਫ ਕੀਤਾ ਹੋਇਆ ਹੈ ਜੀ। ਰੇਡੀਓ ਆਫ ਹੈ
ਤਾਂ ਇਹ ਕਿੱਦਾਂ ਪਤਾ ਲੱਗਿਆ ਕਿ ਇਹ ਗਾਣਾ ਇਸ ਟਾਈਮ ਰੇਡੀਓ ਤੇ ਚੱਲ ਰਿਹਾ? ਕਿਉਂਕਿ ਮੈਡਮ ਜੀ ਹੀਰੋ ਦਾ ਰੇਡੀਓ ਆਨ ਹੈ, ਸੇਮ ਗਾਣਾ ਸੁਣ ਰਿਹਾ ਹੈ। ਉਹ ਹੀਰੋ ਤੇ ਹੀਰੋਇਨ ਦਾ ਚੈਨਲ ਵੱਖਰਾ ਵੱਖਰਾ ਵੀ ਤਾਂ ਹੋ ਸਕਦਾ ਯਾਰ। ਬਿਲਕੁਲ ਰਾਈਟ ਜੱਜ ਸਾਹਿਬ, ਅਲੱਗ ਅਲੱਗ ਚੈਨਲ ਤੇ ਅਲੱਗ ਅਲੱਗ ਗਾਣੇ ਚੱਲਦੇ ਹੁੰਦੇ ਆ। ਉਹ ਯਾਰ, ਉਹਨਾਂ ਦੇ ਏਰੀਆ 'ਚ ਇੱਕੋ ਨੈਟਵਰਕ ਚੱਲਦਾ ਰੇਡੀਓ ਦਾ। ਔਰ ਔਰ ਯਾਰ ਜੱਜ ਸਾਹਿਬ ਮਾਫ ਕਰਨਾ, ਜੇ ਤੁਹਾਡੀ ਗੱਲ ਲੰਬੀ ਚੱਲੂਗੀ ਤਾਂ ਮੈਨੂੰ ਮੰਜਾ ਹੀ ਮੰਗਾ ਦਿਓ, ਮੈਂ ਤੂੰ ਹੀ ਸਿੱਧੀ ਕਰ ਲਾਂ। ਤੂੰ ਇੱਦਾਂ ਕਰ, ਇੱਥੇ ਨਾ ਜੀਵ ਨਾ ਪੋਚੇ ਲਾ ਲੈ, ਉਹਨਾਂ ਵੀ ਬੰਦਾ ਰਿਲੈਕਸ ਹੋ ਜਾਂਦਾ। ਚੁੱਪ ਕਰ ਖੜਾ। ਓ ਯਾਰ ਤੂੰ ਛੇਤੀ ਹੀਰੋ ਨੂੰ ਆ, ਮੇਰਾ ਟਾਈਮ ਤੇ ਸਵਾਦ ਖਰਾਬ ਨਾ ਕਰ ਯਾਰ। ਜੱਜ ਸਾਹਿਬ ਤੁਹਾਨੂੰ ਕੁਝ ਜ਼ਿਆਦਾ ਹੀ ਕਾਲੀ ਨਹੀਂ ਪਈ ਹੀਰੋਇਨ ਨੂੰ ਨਹਾਉਣ ਦੀ? ਦੇਖੋ ਮੈਂਟੀ ਜੀ, ਜੇ ਨਹਾਉਣਾ ਹੀ ਆ ਤਾਂ ਪਹਿਲਾਂ ਨਹਾ ਦਿਓ, ਹੈ ਜੀ ਵਧੀਆ ਨੂੰ। ਇਹ ਜਿਹੜੀਆਂ ਹੀਰੋਇਨ ਹੁੰਦੀਆਂ ਨਾ, ਇਹਨਾਂ ਤੇ ਮਾੜਾ ਜਿਹਾ ਘੱਟਾ ਪੈ ਜਾਣਾ, ਨਹਾਉਣਾ ਪੈ ਜਾਂਦਾ ਇਹਨਾਂ ਨੂੰ। ਜੱਜ ਸਾਹਿਬ ਤੁਸੀਂ ਨਾ ਕੀ ਆਏ ਹੋ? ਕੱਚੇ ਪਨੀਰ ਤੂੰ ਮੈਨੂੰ ਸਾਬਣ ਲਿਆ ਕੇ ਦੇਣਾ। ਹਾਂਜੀ ਤੇਰੇ ਕੋਲ ਕਹਿ ਜੀ, ਅੱਗੇ ਸੁਣਾਓ ਜੀ। ਜੱਜ ਸਾਹਿਬ ਬਾਥਰੂਮ ਦਾ ਸੀਨ ਲੱਗਾ ਹੈ ਤੇ ਅੰਦਰ ਗਾਣਾ ਚੱਲ ਰਿਹਾ ਹੈ, ਠੰਡੇ ਠੰਡੇ ਪਾਣੀ ਸੇ ਨਹਾਣਾ ਚਾਹੀਏ। ਤੇ ਇੱਥੇ ਨੀ ਹੀਰੋ ਨਹਾਊਗੀ ਜੀ ਹੁਣ? ਉਹ ਨਹੀਂ ਜੱਜ ਸਾਹਿਬ, ਨਹਾ ਤੇ ਅੰਦਰ ਉਹਦਾ ਪਿਓ ਰਿਹਾ ਹੈ, ਗਾਣਾ ਹੀਰੋਇਨ ਗਾ ਰਹੀ ਹੈ। ਉਹ ਯਾਰ ਹੀਰੋਇਨ ਦਾ ਪਿਓ ਕਿਉਂ ਨਹਾ ਰਿਹਾ, ਉਹ ਕੰਮ ਤੇ ਨਹੀਂ ਗਿਆ ਯਾਰ। ਜੱਜ ਸਾਹਿਬ ਇੱਕ ਤਾਂ ਤੁਸੀਂ ਸਾਨੂੰ ਤਾਂ ਛੁੱਟੀ ਦਿੰਦੇ ਨਹੀਂ, ਜੇ ਫਿਲਮ 'ਚ ਕਿਸੇ ਦੇ ਪਿਓ ਨੂੰ ਛੁੱਟੀ ਮਿਲ ਗਈ ਹੈ ਤਾਂ ਤੁਹਾਨੂੰ ਕੀ ਪ੍ਰੋਬਲਮ? ਸ਼ਹਿਰੀਆਂ 'ਚ ਮੇਲੇ ਲੱਗਦੇ,